थर थर कंपे जीड़ा थान बिहुना होए थान मान सच एक है काज न फिटे कोई। थर थर कंपे जीड़ा थान बिहुना होए जिना चिर कोई थान नहीं टिकदा था जगह टिकट नहीं मिलती उन्ना चिर जीड़ा थर थर कंपदा है थान बिहुना होए ਟਿਕ ਕਿੱਥੇ ਕੋਈ ਜਗ੍ਹਾ ਹੋਵੇ ਟਿਕਣ ਨੂੰ ਉੱਥੇ ਟਿਕੇ ਨਾ ਜਿੰਨਾ ਚਿਰ ਮਾਇਆ ਚ ਕਬਜ਼ਾ ਹੀ ਰਹਿੰਦਾ ਹੈ ਠੀਕ ਹੈ ਜੀ ਮਾਇਆ ਤੋਂ ਪਰੇ ਦੀ ਜਗ੍ਹਾ ਅੰਤਰ ਕੰਮ ਪੈ ਜਿਹੜਾ ਥਾਨ ਵੀ ਹੋਣਾ ਹੋਏ ਹਾਂਜੀ ਥਾਨ ਮਾਨ ਸੱਚ ਏਕ ਹੈ ਕਾਜ ਨਾ ਫਿੱਟੇ ਕੋਈ ਥਾਨ ਮਾਨ ਸੱਚ ਏਕ ਹੈ ਮਾਨਤਾ ਸੱਚ ਸੱਚੇ ਥਾਨ ਸੱਚੇ ਹੀ ਮਾਨ ਕਾਜਨਾ ਥਾਨ ਮਾਨ ਸੱਚ ਏਕ ਹੈ ਕਾਜਨਾ ਫਿੱਟੇ ਕੋਈ ਕੋਈ ਕੰਮ ਨਹੀਂ ਫਿੱਟਦਾ ਕੋਈ ਕੰਮ ਨਹੀਂ ਰੁਕਦਾ ਫਿਰ ਜੇ ਸੱਚ ਨਾਲ ਜੁੜਿਆ ਰਹੇ ਸੱਚ ਤੋਂ ਹੀ ਥਾਨ ਭਾਲੇ ਸੱਚ ਤੋਂ ਹੀ ਸਨਮਾਨ ਭਾਲੇ ਕੋਈ ਕਾਇਮ ਨਹੀਂ ਖਰਾਬ ਹੁੰਦਾ ਫਿੱਟਦਾ ਠੀਕ ਹੈ ਜੀ ਕਾਜ ਨਾ ਫਿੱਟੇ ਕੋਈ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰਨਰ ਨਾਥ ਹੈ ਨਾਚ ਤੂੰ ਨਿਧਾਰਾ ਆਧਾਰ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਨਾਰਾਇਣ ਥਿਰ ਹੈ ਗੁਰੂ ਥਿਰ ਹੈ ਸਾਚਾ ਵਿਚਾਰ ਥਿਰ ਹੈ ਤਿੰਨੇ ਚੀਜ਼ਾਂ ਥਿਰ ਅੱਛਾ ਜੀ ਜਿੱਥੇ ਸਾਚਾ ਵਿਚਾਰ ਹੈ ਉਹ ਵੀ ਥਿਰ ਹੈ ਉਹ ਗੁਰ ਵੀ ਥਿਰ ਹੈ ਸੱਚ ਨਾਲ ਜੁੜਿਆ ਹੋਇਆ ਸੱਚ ਦਾ ਵਿਚਾਰ ਕਰਨ ਵਾਲਾ ਨਾਰਾਇਣ ਹੈ ਗੁਰੂ ਥਿਰ ਹੈ ਅੱਛਾ ਜੀ ਦੋਨਾ ਨਾਥਾ ਨਾਥ ਤੂੰ ਦੋਨੇ ਦੇਵਤੇ ਦੇ ਨਾਥ ਨੇ ਉਹਨਾਂ ਦੇ ਵੀ ਨਾਥ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ ਇਹਨਾਂ ਦਾ ਆਧਾਰ ਕੋਈ ਨਹੀਂ ਉਹਨਾਂ ਦਾ ਵੀ ਆਧਾਰ ਹੈ ਤੂੰ ਠੀਕ ਹੈ ਜੀ ਇਹ ਨਾਰਾਇਣ ਔਰ ਗੁਰੂ ਵਿੱਚ ਫਰਕ ਹੈ ਜੀ ਹੈ ਫਿਰ ਨਾਰਾਇਣ ਫਿਰ ਗੁਰੂ ਇਹ ਦੋਏ ਨਾਰਾਇਣ ਆਪਣਾ ਮੂਲ ਹੈ ਜੀ ਨਾਰਾਇਣ ਔਰ ਗੁਰੂ ਕੋਈ ਗੱਲ ਹੈ ਨਾਰਾਇਣ ਉਹਨੂੰ ਕਹਿੰਦੇ ਨੇ ਜਿੱਥੇ ਹਨੇਰਾ ਹੈ ਜੀ ਅੱਛਾ ਜੀ ਗੁਰੂ ਦਾ ਅਰਥ ਹੈ ਹਨੇਰੇ ਦਾ ਨਾਸ ਹਾਂ ਨਾਰਾਇਣ ਦਾ ਮਤਲਬ ਹੈ ਜਿੱਥੇ ਨਾਰਾਇਣ ਉੱਥੇ ਰਾਤ ਹੁੰਦੀ ਉਹਦੀ ਉਹਦਾ ਇੱਕੋ ਹੀ ਅਰਥ ਅੱਛਾ ਜੀ ਠੀਕ ਹੈ ਜੀ ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾਂ ਤੈ ਏਕ ਤੂੰ ਅੰਤ ਨਾ ਪਰਾਵਾਰ ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ ਹਰ ਜਗ੍ਹਾ ਠੀਕ ਹੈ ਜੀ ਹਰ ਜਗ੍ਹਾ ਤੈਨੂੰ ਲੱਭ ਲਿਆ ਹੋਇਆ ਸੁਰਬੇ ਸੁਲੱਭੇ ਅੱਛਾ ਜੀ ਅਰਥ ਬੁੱਧੇ ਲੱਭ ਜਾਂਦਾ ਅਰਥ ਬੁੱਧੇ ਲੱਭਦਾ ਉਹ ਉੱਤੇ ਚਲੇ ਜਾਓ ਹਰ ਜਗ੍ਹਾ ਮੌਜੂਦ ਸੁਰਬੇ ਥਾਨ ਸਨੰਤਰੀ ਤੂੰ ਦਾਤਾ ਦਾਤਾਰ ਹਰ ਜਗ੍ਹਾ ਹੈਗਾ ਜੇ ਦੇਖਾਂ ਤਾਂ ਏਕ ਤੂੰ ਅੰਤਰਾ ਪਾਰਾਵਾਰ ਜੇ ਦੇਖਾਂ ਤਾਂ ਏਕ ਤੂੰ ਅੰਤਰਾ ਪਾਰਾਵਾਰ ਜਿੱਥੇ ਮੈਂ ਦੇਖ ਰਿਹਾ ਇੱਕੋ ਤੂੰ ਹੈਗਾ ਮੇਰਾ ਅੰਤ ਪਾਰ ਕੋਈ ਨਹੀਂ ਠੀਕ ਹੈ ਜੀ ਥਾਨ ਥਨੰਤਰ ਰਵ ਰਹਿਆ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਥਾਨ ਥਨੰਤਰੀ ਰਵ ਰਹਿਆ ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ ਤੋਂ ਪਤਾ ਲੱਗਿਆ ਹਰ ਜਗ੍ਹਾ ਰਬਿਆ ਤੂੰ ਹੈਗਾ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਬਿਨਾਂ ਮੰਗੇ ਦੇ ਹੀ ਦਾਨ ਦੇਈ ਜਾਂਦੇ ਤੂੰ ਤਾਂ
ਵੱਡਾ ਅਗਾਮਾ ਪਾਰ ਹੈ, ਅਗਾਮਾ ਪਾਰ ਹੈ, ਵੱਡਾ ਹੈ, ਦੇਖੋ ਛੋਟਾ ਨਹੀਂ ਹੈ, ਵੱਡਾ ਹੈ, ਫਿਰ ਵੀ ਅਗਾਮਾ ਪਾਰ ਹੈ, ਫਿਰ ਵੀ ਮਨੁੱਖੀ ਬੁੱਧੀ ਤੋਂ ਪਰੇ ਹੈ। ਠੀਕ ਹੈ ਜੀ।